ਹਾਂਜੀ ਆਪਾਂ ਤੁਰੇ ਵੀ ਨਹੀਂ ਆ ਸਵੇਰ ਦੇ, ਹਾਂ ਪਤਾ ਤੁਰੇ ਆਪਾਂ ਨਹੀਂ ਬੈਠੇ ਸਵੇਰ ਹੀ ਦੇ, ਥੱਕ ਗਏ ਬੈਠੇ ਹਾਂ, ਹੀ ਆ ਬਹਿ ਬਹਿ ਕੇ ਹੀ ਥੱਕ ਗਏ, ਦਰਸ਼ਨ ਕੀਤੇ ਬੈਠਾ ਦੂਸਰੇ ਬੈਠਾ ਪਾਸੇ। ਥੱਕ ਜਾਈਦਾ ਅਜੇ ਕਦੇ, ਦਰਸ਼ਨ ਕੀਤੇ ਹੀ ਨਹੀਂ ਆ, ਦਰਸ਼ਨ ਅਜੇ ਨਹੀਂ ਤਾਂ ਕੀਤੇ। ਮੱਥਾ ਟੇਕ ਕੇ ਲੰਗਰ ਛੱਕ ਕੇ ਆ ਗਏ ਹਾਂ ਨੇ ਕਾਫੀ ਸਾਰੇ ਪੰਜਾਬੀ ਆਉਂਦੇ, ਪਰ ਪੰਜਾਬੀਆਂ ਦੇ ਨਾਲ ਉਹ ਜ਼ਿਆਦਾ ਤਾਂ ਮੈਂ ਦੇਖ ਰਹੀ ਸੀ ਕਿ ਭਈਆ ਵਾਹਿਗੁਰੂ ਸਤਨਾਮ, ਆਪੇ ਆਪੇ ਦੋਸਤ ਬਣਾਓ ਜਾ ਕੇ। ਦੇ ਜੋਤ ਭੱਜ ਗਿਆ ਏ, ਰੂਮ ਦੇ ਵਿੱਚ ਸਾਰਾ ਸਮਾਨ ਆਪਾਂ ਨੇ ਰੱਖ ਲਿਆ ਏ। ਮੈਂ ਤੁਹਾਨੂੰ ਪਹਿਲਾਂ ਮੈਂ ਖੇਡ ਕੇ ਆਉਂਦਾ ਜੀ, ਆਪਾਂ ਰੂਮ 'ਚ ਪਹੁੰਚ ਗਏ ਅਤੇ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਰੂਮ ਦਿਖਾਉਂਦੀ ਹਾਂ। ਇਹ ਹੈਗਾ ਏ ਆਪਣਾ ਬੈਡਰੂਮ, ਸਿੰਗਲ ਰੂਮ ਲਿਆ ਏ, 500 ਰੁਪੀਸ ਦੇ ਵਿੱਚ ਮਿਲਿਆ ਵਾ ਇਹ ਰੂਮ। ਭਾਅ ਜੀ ਬੁਲਾਉਂਦੇ ਤੁਹਾਨੂੰ, ਤੁਸੀਂ ਚੱਲ ਜਾਓ। ਅਤੇ ਇਹ ਹੈਗਾ ਬੈੱਡ, ਨਾਲ ਦੋ ਗੱਦੇ ਮਿਲੇ ਆ, ਨਾਲ ਜਿਹੜੇ ਆ ਉਹ ਦੋ ਕੰਬਲ ਮਿਲੇ ਨੇ, ਅਤੇ ਨਾਲ ਜਿਹੜੀਆਂ ਇੱਧਰ ਦੋ ਚੇਅਰਸ ਆ, ਏ ਸੀ ਵਾਲਾ ਕਮਰਾ ਏ, ਕਰਟਨਸ ਲੱਗੇ ਆ, ਅਤੇ ਫੈਨ ਆ, ਵਧੀਆ ਲੱਗਿਆ ਮੈਨੂੰ ਤਾਂ ਰੂਮ ਵੈਸੇ। ਅਤੇ ਨਾਲ ਜਿਹੜਾ ਉਹ ਸਾਈਡ ਟੇਬਲ ਦਿੱਤਾ ਏ, ਨਾਲ ਮਿਲਿਆ ਏ ਜੀ ਇਹ ਵਾਲਾ ਇੱਕ ਰੂਮ ਦੇ ਵਿੱਚ ਨਾਲ ਹੈਗਾ ਜੀ, ਇਹ ਇੱਕ ਲੋਕਰ ਸਮਾਨ ਸਮੂਨ ਰੱਖਣ ਵਾਸਤੇ, ਜਿਵੇਂ ਜ਼ਿਆਦਾ ਦਿਨ ਕਿਸੇ ਨੇ ਰਹਿਣਾ ਹੋਵੇ ਅਤੇ ਉਹਨਾਂ ਵਾਸਤੇ ਵਧੀਆ। ਆਪਾਂ ਤਾਂ ਥੋੜ੍ਹਾ ਹੀ ਸਮਾਨ ਰੱਖਿਆ ਇਹਦੇ ਵਿੱਚ ਕਿਉਂਕਿ ਆਪਾਂ ਨੇ ਤਾਂ ਚਲੇ ਹੀ ਜਾਣਾ ਏ। ਅਤੇ ਇੱਕ ਨਾਲ ਇਹ ਟੇਬਲ ਆ, ਇਹ ਵੀ ਸਮਾਨ ਰੱਖਣ ਨੂੰ, ਡਸਟਬਿਨ ਆ, ਨਾਲ ਹੈਗਾ ਏ ਅਟੈਚਡ ਬਾਥਰੂਮ। ਇੱਧਰ ਵੇਖੋ ਕੀ ਕਰ ਦਿੱਤਾ, ਹਰ ਵਾਰੀ ਆਉਂਦਾ ਏ ਆਉਂਦੇ ਹੀ ਖਲਾਰਾ ਸ਼ੁਰੂ ਕਰ ਦਿੱਤਾ ਏ। ਅਤੇ ਇਹ ਹੈਗਾ ਨਾਲ ਇੱਕ ਬਾਥਰੂਮ, ਬਾਥਰੂਮ ਦੇ ਵਿੱਚ ਗੀਜ਼ਰ ਦਿੱਤਾ ਹੋਇਆ ਏ, ਬਾਥਰੂਮ ਵੀ ਸਾਫ਼ ਆ, ਹੈ ਨਾ ਵੈਸੇ ਸਫਾਈ ਹੈਗੀ ਆ, ਹਾਂ ਸਾਫ਼ ਸੋਹਣੇ ਬਾਥਰੂਮ ਆ। ਅਤੇ ਟੋਇਲੈਟ ਆ ਨਾਲ ਅਟੈਚ ਹੀ, ਮੈਂ ਭਾਂਡੇ ਰੱਖ ਦਿੱਤੇ ਸੀ ਕਿ ਬਾਅਦ 'ਚ ਧੋਨੀ ਆ। ਹਾਂ ਚਲੋ, ਅਤੇ ਹੁਣ ਚਲੀਏ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਚੱਲਦੇ ਹਾਂ, ਅਤੇ ਉੱਥੇ ਥੋੜ੍ਹੀ ਥੋੜ੍ਹਾ ਟਾਈਮ ਸੇਵਾ ਕਰਾਂਗੇ, ਨਾਲੇ ਮੱਥਾ ਟੇਕਾਂਗੇ, ਘੁੰਮਾਂ ਫਿਰਾਂਗੇ, ਫਿਰ ਰਾਤ ਨੂੰ ਹੀ ਵਾਪਿਸ ਆਵਾਂਗੇ, ਹੁਣ ਤਿਆਰੀ ਕਰਕੇ ਪੂਰੀ ਜਾਵਾਂਗੇ ਉੱਥੋਂ। ਅਤੇ ਚਲੋ ਫਿਰ ਚੱਲੀਏ, ਬੂਹਾਂ ਹੱਥ ਧੋਈਏ, ਜੋੜਾ ਘਰ ਹੁਣ ਆਪਾਂ ਕਰਵਾਵਾਂਗੇ ਜੋੜੇ ਜਮਾ। ਚਲੋ ਹੈਂਡ ਵਾਸ਼ ਕਰ ਲਈਏ, ਆ ਜਾਓ ਉੱਥੋਂ ਹੈਂਡ ਵਾਸ਼ ਕਰ ਲਓ, ਆ ਜਾਓ। ਓ ਵਾਓ, ਫਲਾਵਰਸ ਕਿੰਨੇ ਸੋਹਣੇ ਆ, ਰਾਤ ਨੂੰ ਹੋਰ ਸੋਹਣੇ ਲੱਗਣਾ ਹੈ, ਰਾਤ ਕਹਿੰਦੀ ਆ, ਦਿਨੇ ਦਿਨੇ ਦੇਖਿਓ ਕਿੰਨਾ ਪਿਆਰਾ ਲੱਗਦਾ, ਸਵੇਰੇ ਸਵੇਰ ਆਵਾਂਗੇ ਆਪਾਂ, ਠੀਕ ਆ, ਤੜਕੇ ਤੜਕੇ। ਵਾਹਿਗੁਰੂ ਸਤਨਾਮ, ਹੇ ਪ੍ਰਾਥਨ ਸੁਪਰਿਆਇ ਕਰ ਨਾਮ ਕਿਰਿਆ ਵਿਚਾਰੇ ਸੁਨਾਈ ਮੋਇ ਕਰਾਏ ਗੋਬਿੰਦ ਸੰਸਾਰਿ ਕੀ ਤਉ ਨਾਈ ਮੋਇ ਸਹਾਰੇ ਦਸਾ ਪਾਪ ਸੰਯਾ ਦੀ ਜੋਤ ਪਾਠ ਜੀਰਾ ਦਾ ਪ੍ਰਿਆ ਕਰਕੇ ਬੋਲੀ ਪੰਜਾਬ ਪਿਆਰਿਆਂ ਗੁਰਦੁਆਰਾ ਸਾਹਿਬ ਤੋਂ ਹੋ ਕੇ ਪ੍ਰਸ਼ਾਦਾ ਆਪਾਂ ਛਾ ਕੇ ਆਏ ਹਾਂ, ਅਤੇ ਹੁਣ ਮੈਂ ਕਿਹਾ ਥੋੜ੍ਹਾ ਆਪਾਂ ਬਾਹਰ ਬਾਜ਼ਾਰ ਵੀ ਦੇਖ ਲਈਏ, ਅਤੇ ਗੁਰਦੁਆਰਾ ਸਾਹਿਬ ਦੇ ਆਪਾਂ ਕੱਲ੍ਹ ਦਰਸ਼ਨ ਪੂਰੇ ਕੱਲ੍ਹ ਆਪਾਂ ਪੂਰੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਆਪਾਂ ਕੱਲ੍ਹ ਕਰਵਾਵਾਂਗੇ, ਕਿਉਂਕਿ ਅੱਜ ਮੈਂ ਪਹਿਲਾਂ ਤਾਂ ਕਰਵਾਉਣ ਲੱਗੀ, ਫਿਰ ਮੈਨੂੰ ਲੱਗਿਆ ਕਿ ਨਹੀਂ ਹਨੇਰਾ ਏ, ਚੰਗੀ ਤਰ੍ਹਾਂ ਦਰਸ਼ਨ ਨਹੀਂ ਹੋਣੇ ਸਾਡੇ ਸਾਰੇ ਵਿਊਜ਼ ਨੂੰ, ਅਤੇ ਇਸ ਲਈ ਆਪਾਂ ਕੱਲ੍ਹ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਸਾਹਿਬ ਦੇ ਸਵੇਰੇ ਆ ਕੇ। ਖਿਲੌਣਾ ਐਵੇਂ ਨਾ ਟੱਚ ਕਰੀ ਜਾਓ, ਐਵੇਂ ਨਾ ਟੱਚ ਕਰੀ ਜਾਓ। ਆ ਜੀ ਮਸ਼ੀਨਾਂ ਸੁਣਾ, ਕਿਹੜੀ ਜੀਬ? ਆ ਆ ਟਰੈਕਟਰ ਵਧੀਆ ਮੈਨੂੰ ਲੱਗਣ ਗਿਆ ਜੀ, ਫਲ ਹਲਕੇ ਹੀ ਆ। ਹੈ ਮੇਰਾ ਕਿਹੜੇ ਨੇ ਸਕੂਟਰ? ਸਕੂਟਰ ਨਹੀਂ, ਆ ਛੋਟੀ ਛੋਟੀ ਦਿਲਜੋਤ ਆਵੇ, ਤੈਨੂੰ ਇਹਦੇ ਨਾਲ ਦੀ ਜਿਹੜੀ ਗੱਲ ਲੈ ਕੇ ਦਿੱਤੀ ਸੇਵਾ, ਹਾਂ ਦਿਲਜੋਤ ਨੂੰ ਲੈ ਕੇ ਦਿੱਤੀ ਬਾਤ ਹੀ ਨਹੀਂ। ਇੱਥੇ ਨੀ ਆ,
ਆਸਰੇ ਵਾਲੀ ਸੀ। ਹਾਂ ਨੀਂਦ ਬਹੁਤ ਜ਼ਿਆਦਾ ਆ ਰਹੀ, ਸ਼ਾਇਦ ਆਪਾਂ ਥੱਕ ਜ਼ਿਆਦਾ ਚੁੱਕੇ ਹਾਂ ਇਸ ਕਰਕੇ। ਅਤੇ ਜੋ ਤਾਂ ਕਿ ਜੋ ਜੋਰ ਦੀ ਬੈੱਡ 'ਤੇ ਡਿੱਗਿਆ ਅਤੇ ਜਿਵੇਂ ਆਉਂਦਾ ਹਾਏ ਕਿੰਨਾ ਕੁ ਤੁਰਨਾ ਏ, ਬਹਿ ਵੀ ਜਾਈਏ ਹੁਣ। ਜੋ ਤੁਸੀਂ ਉੱਧਰ ਚਲੇ ਗਏ ਸੀ ਨਾ ਤੂੰ ਕਰਿਆਨੇ ਵਾਲੀ ਦੁਕਾਨ 'ਤੇ, ਕਰਨਾ ਕਹਿੰਦਾ ਬਹਿ ਜੀਏ ਬਹਿ ਜੀ, ਵਿਚਾਰਾ ਮਾਹਾ ਹੀ ਤੁਰ ਤੁਰ ਕੇ ਆਇਆ ਉੱਧਰ ਨੂੰ। ਹਾਂਜੀ ਆਪਾਂ ਤੁਰੇ ਵੀ ਨਹੀਂ ਸਵੇਰ ਦੇ, ਪਤਾ ਆਪਾਂ ਬੈਠੇ ਹੀ ਥੱਕ ਗਏ, ਬੈਠੇ ਹੀ ਆ, ਬਹਿ ਬਹਿ ਕੇ ਥੱਕ ਗਏ। ਪਤਾ ਬੱਚੇ ਵੀ ਥੱਕ ਜਾਂਦੇ ਆ ਇੱਦਾਂ, ਬਹਿ ਬਹਿ ਕੇ ਥੱਕ ਜਾਈਦਾ। ਆਪਾਂ ਤੁਰੇ ਫਿਰੇ ਨਹੀਂ, ਫਿਰ ਵੀ ਲੱਤਾਂ ਪੀੜ ਨੂੰ ਲੱਗ ਪਈਆਂ ਨਾ, ਤੁਰੇ ਨਾ ਕਦੇ ਫਿਰੇ, ਬਸ ਇੱਥੇ ਗੁਰਦੁਆਰਾ ਸਾਹਿਬ ਦਰਸ਼ਨ ਕੀਤੇ ਬੈਠੇ ਬੈਠੇ ਥੱਕ ਜਾਈਦਾ। ਅੱਜ ਦਰਸ਼ਨ ਕੀਤੇ ਹੀ ਨਹੀਂ ਆ, ਅੱਜ ਤਾਂ ਮੱਥਾ ਟੇਕ ਕੇ ਲੰਗਰ ਛੱਕ ਕੇ ਆ ਗਏ। ਬਸ ਮੱਥਾ ਟੇਕ ਕੇ ਇੱਧਰ ਉੱਧਰ ਨਾ, ਇਤਿਹਾਸ ਚੰਗੀ ਤਰ੍ਹਾਂ ਪੜ੍ਹਿਆ ਆਪਾਂ ਕਿਤੇ, ਬਸ ਉਹੀ ਧੂਣੀ ਸਾਹਿਬ ਦਾ ਸਾਹਿਬ ਪੂਰਾ ਸਾਹਿਬ ਇਤਿਹਾਸ ਦੁੱਧ ਦਾ ਪਾਣੀ ਰੁਕਦਾ ਵਾ, ਉਹਨੂੰ ਡੈਮ ਪੀਂਦੇ ਆ, ਪਾਣੀ ਰੁਕ ਛੱਡਦੇ ਆ ਨਾ, ਇੱਥੇ ਬਿਜਲੀ ਬਣਦੀ ਆ। ਫਿਰ ਡੈਮ ਕਿਉਂ ਬੋਲਣ ਦੇ ਸੀ? ਮੈਨੂੰ ਡੈਮ ਬਣਿਆ ਸੀ, ਵਿੱਚ ਡੈਮ ਬਣੀ ਹੈ, ਡੈਮ ਹੀ ਬਣਿਆ ਹੈ ਸ਼ਾਇਦ ਇਸੇ ਵਾਸਤੇ ਹੀ। ਜਿਹੜਾ ਗੁਰਦੁਆਰਾ ਸਾਹਿਬ ਬਹੁਤ ਜ਼ਿਆਦਾ ਖੁੱਲੀ ਜਗ੍ਹਾ ਦੇ ਵਿੱਚ ਆ, ਪਰ ਇਹਨਾਂ ਵਾ ਵੀ ਜਿੱਦਾਂ ਆਪਣੇ ਉੱਧਰ ਤਰਨ ਤਾਰਨ ਅੰਮ੍ਰਿਤਸਰ ਸਰਾਮ ਵੱਲ ਇੱਦਾਂ ਕਰਕੇ ਭੀੜ ਭੜਕਾ ਬਾਜ਼ਾਰ ਜਾ, ਇਹ ਇੱਦਾਂ ਨਹੀਂ ਹੈ ਇੱਥੇ, ਹਨਾ ਵੱਖਰਾ ਜਿਹਾ ਪੈ ਜਾਂਦਾ ਹਨਾ, ਵੱਖਰਾ ਜੇ। ਹਾਂ ਸਾਈਡ ਜੇ ਤੇ ਆ, ਸਿਟੀ ਤੋਂ ਦੂਰ ਆ, ਲਾਗੇ ਸਿਟੀ ਨਹੀਂ ਹੈ ਸ਼ਾਇਦ। ਇਦਾਂ ਜਿੱਦਾਂ ਬਾਬਾ ਬੁੱਢਾ ਸਾਹਿਬ ਆ ਹਨਾ, ਇਦਾਂ ਹੈ ਨਾ ਬਾਬਾ ਬੁੱਢਾ ਸਾਹਿਬ ਵੀ ਤਾਂ ਖੁੱਲੇ ਖੁੱਲੇ ਜਗ੍ਹਾ ਤੇ ਹੀ ਆ। ਹਾਂ ਇਦਾਂ ਹੀ ਆ। ਹਾਂ ਹੁਣ ਇੱਥੇ ਸਾਰੇ ਪਾਸੇ ਖੇਤ ਹੀ ਖੇਤ ਆ, ਤਰਨ ਤਾਰਨ ਅੰਮ੍ਰਿਤਸਰ ਵੀ ਬਾਜ਼ਾਰ ਦਾ ਕਰਕੇ ਨਾ ਭੀੜ ਭੜਕਾ ਜਾ ਰਿਹਾ, ਸਾਹਿਬ ਵੀ ਤੇ ਤਰਨ ਤਾਰਨ ਸਾਹਿਬ ਵੀ ਪੂਰੇ ਬਾਜ਼ਾਰ ਦੇ ਵਿੱਚ ਪੂਰੇ ਘਿਰੇ ਹੋਏ ਆ ਹੁਣ ਇੱਥੇ। ਇੱਥੇ ਵੀ ਹੋਊਗੀ ਬਸ, ਵੇਖਿਓ ਹੌਲੀ ਹੌਲੀ ਇੱਥੇ ਬੜੀ ਭੀੜ ਹੋ ਜਾਣੀ ਆ। ਤੇ ਕਿੰਨੇ ਕਾਫੀ ਸਾਰੇ ਪੰਜਾਬੀ ਆਉਂਦੇ, ਪਰ ਪੰਜਾਬੀਆਂ ਦੇ ਨਾਲ ਜ਼ਿਆਦਾ ਤਾਂ ਮੈਂ ਦੇਖ ਰਹੀ ਸੀ ਕਿ ਦੂਜੇ ਹੀ ਮਤਲਬ ਲੰਗਰ ਛਕਦੇ, ਕੱਲ ਸੰਡੇ ਕੱਲ ਸੰਗਤ ਆਊਗੀ, ਕਾਫੀ ਸੰਗਤ ਆਊਗੀ ਵੇਖੋ, ਜ਼ਿਆਦਾ ਸੰਗਤ 12-1 ਵਜੇ ਹਨਾ, 11-12 ਵਜੇ ਸੰਗਰਾਂਦ ਹੁੰਦੀ, ਹੋਰ ਭੋਗ ਧਰਾਇਆ, ਪਾਠ ਧਰਾਇਆ, ਕੱਲ ਹੈ ਪਾਠ ਸ਼ਾਇਦ, ਕੱਲ ਹੀ ਹੋਊਗਾ, ਕੱਲ ਹੀ ਭੋਗ ਪੈਣਾ ਨਾ ਐਤਵਾਰ ਨੂੰ ਆਹੋ। ਦੇ ਜੋ ਕਿਵੇਂ ਦਾ ਲੱਗਿਆ ਅੱਜ ਆ ਸਾਰੇ ਕੌਮ ਫੇਰ ਕੇ? ਸਾਰੇ ਤਰ੍ਹਾਂ ਦੇ ਕਮਰੇ ਮਿਲ ਜਾਂਦੇ ਆ, ਜੇ ਕਿਸੇ ਨੇ 100 ਰੁਪਏ ਚ ਲੈਣਾ ਉਹ ਵੀ ਮਿਲ ਜਾਂਦਾ, ਜੇ ਕਿਸੇ ਨੇ 500 ਚ ਲੈਣਾ ਉਹ ਵੀ ਮਿਲ ਜਾਂਦਾ, ਸਾਰੀਆਂ ਫੈਸਿਲਿਟੀਆਂ ਦੇ ਹਿਸਾਬ ਦੇ ਨਾਲ ਹੀ ਆ। ਸਿਰਫ ਗੀਜ਼ਰ ਕਰਕੇ 500 ਲਈ ਜਾਂਦੇ, ਗੀਜ਼ਰ ਦਾ ਕਰਕੇ, ਗੀਜ਼ਰ ਵਾਲਾ ਲੈ ਲੈ ਕਿਤੇ 500, ਨਹੀਂ ਗੀਜ਼ਰ ਰੂਮ ਹੀ ਵੱਡਾ ਏ, ਕਰਟਨ ਲੱਗੇ ਆ, ਨਹੀਂ ਕਰਟਨ ਤਾਂ ਉੱਧਰ ਵੀ ਲੱਗੇ ਹੋਣਗੇ, ਨਹੀਂ ਉਹ ਨਹੀਂ ਹੁੰਦੀ ਆ, ਨਹੀਂ ਢਿੱਲ ਸਾਹਿਬ ਉਹ ਇੰਨੇ ਵਧੀਆ ਨਹੀਂ ਆ, ਵਧੀਆ ਨਹੀਂ ਲੇਕਿਨ ਠੀਕ ਵਧੀਆ ਵਾ, ਇੰਨੇ ਮਾੜੇ ਨਹੀਂ, ਫਰਨੀਚਰ ਵੀ ਆ ਇੱਥੇ, ਫਿਰ ਅਲਮਾਰੀ ਵੀ ਆ, ਕੋਈ ਨਹੀਂ ਉੱਥੇ ਮਿਲ, ਕੋਈ ਨਹੀਂ ਜੇ ਆਪਾਂ ਕੱਲ ਰਹਿਣਾ ਹੋਇਆ ਤੇ ਉਹ ਵੀ ਰੂਮ 'ਚ ਰਹਿ ਕੇ ਵੇਖ ਲਾਂਗੇ ਉਹ 'ਚ ਕਿਵੇਂ ਦਾ ਹੈ, ਉਹ 'ਚ ਸਿਰਫ ਏਸੀ ਤੇ ਗੀਜ਼ਰ ਨਹੀਂ ਹੋਣਾ, ਬਾਕੀ ਸਾਰਾ ਸਹੀ, ਅੱਜ ਤੇ ਆਪਾਂ ਗੀਜ਼ਰ ਦਾ ਕਰਕੇ ਰਹਿਣਾ, ਗੀਜ਼ਰ ਤੇ ਨਾਲ ਸਵੇਰੇ ਨੂੰ ਆਉਣਾ, ਮੈਂ ਇਹਦੇ ਨਾਲ ਮੁੰਡੇ ਦੀ ਸੇਵਾ ਹੋ ਰਹੀ ਹੈ, ਮੁੰਡੇ ਦੀ ਸੇਵਾ ਹੋ ਰਹੀ ਹੈ, ਮੁੰਡਾ ਥੱਕ ਗਿਆ, ਮੈਂ ਮੁੰਡਾ ਥੱਕ ਗਿਆ ਜੀ, ਮੁੰਡੇ ਸਾਡੇ ਨੇ ਕਦੇ ਸਫ਼ਰ ਨਹੀਂ ਕੀਤਾ ਸਵਾ ਇੰਨਾ ਗੱਡੀ ਦੇ ਵਿੱਚ, ਜਿਹੜੇ ਭੰਗੜਾ ਪਾਇਆ ਸਕੂਲ ਦੇ ਵਿੱਚ ਥੱਕ ਗਿਆ ਤੇ ਡਾਂਸ ਕੀਤਾ, ਇੱਕ ਜਾਂ 2 ਘੰਟੇ ਭੰਗੜਾ ਪਾਇਆ, ਪਾਣੀ ਦੇ ਵਿੱਚ ਜਦੋਂ ਖੋਦੇ ਹੀ ਰਹਾ ਨਾ, ਪਹਿਲਾਂ ਵੀ ਕਰਵਾਇਆ ਨਾ, 2 ਘੰਟੇ ਲੱਗ ਗਏ ਸੀ, ਪਹਿਲਾਂ ਲੋਕਾਂ ਨੂੰ ਉਹ ਵੀ ਖੜੇ ਹੋ ਕੇ, ਜੇ ਲੋਕਾਂ ਨੂੰ ਖਾਂਦਾ ਸੀ ਲਾ ਲੋ ਕਰੂ, ਅਰੇ ਹਰੇ ਦੀ ਕਦੇ ਸਪਨਾਮ ਖਾਇਆ ਉਹ ਖਾ, ਅਜੇ ਤਾਂ ਬਹਿ ਬਹਿ ਕੇ ਵੀ ਥੱਕ ਗਏ ਹੋਣੀ ਹੈ ਨਾ, ਬਹਿ ਬਹਿ ਕੇ ਵੀ ਖੜੇ ਹੋ ਗਏ, ਕਦੇ ਜਾ ਖੜੇ ਹੋ ਕੇ ਖਾ। ਹਾਂ ਹੈਰੀ ਪੁੱਤਰ ਤੁਸੀਂ ਥੱਕੇ ਕਿ ਨਹੀਂ? ਤੁਸੀਂ ਤਾਂ ਨੀਂਦ ਪੂਰੀ ਕਰ ਲਈ ਅੱਜ, ਸੌਂ ਸੌਂ ਗਿਆ, ਮੈਂ ਤਾਂ ਕਿਹਾ ਹੈ ਜਾਈ ਮਾਰੋ ਇਹ ਨਾ, ਉਲਟੀਆਂ ਆ ਗਏ, ਪਤਾ ਨਹੀਂ ਸਫ਼ਰ ਦੇ ਵਿੱਚ ਚੰਗੇ ਚੰਗਿਆਂ ਨੂੰ ਉਲਟੀਆਂ ਹੋ ਜਾਂਦੀਆਂ ਵਾ, ਇਹ ਤਾਂ ਫਿਰ ਵੀ ਵਿਚਾਰਾ, ਨਹੀਂ ਨਹੀਂ ਉਹ ਉੱਦਾਂ ਹੀ ਬੰਦਾ ਜਦੋਂ ਗੱਡੀ ਦੇ ਵਿੱਚ ਗਈ ਸਫ਼ਰ ਨਾ, ਉਹਨੂੰ ਉਹ ਹੁੰਦਾ ਵਾ, ਵੋਮਿਟਿੰਗ ਆਉਂਦੀਆਂ ਵਾ, ਅਤੇ ਅੱਜ ਤੁਸੀਂ ਉੱਤੋਂ ਖਵਾਤਾ ਉਹ ਹੋ ਸਕਦਾ ਉਹਦਾ ਪਹਿਲੋਂ ਜੀਕ ਵਾਲਾ ਆਉਂਦਾ ਹੋਵੇ, ਅਤੇ ਕੱਢਦੇ ਚੱਲ ਕੋਈ ਨਹੀਂ ਜਦੋਂ ਇਹਨੇ
ਦੁਬਾਰਾ ਕਿਤੇ ਫਿਰ ਤੋਂ ਮੈਂ ਡਰ ਗਈ। ਪਰ ਇਹਨਾਂ ਵੇਖ ਲਓ ਪਲਸ ਗੋਲੀ ਤੇ ਹਾਜਮੁਲਾ ਗੋਲੀ ਕਿੰਨੀ ਵਧੀਆ ਆਏ ਤੇ ਉਹਨੇ ਕੰਟਰੋਲ ਕਰਤਾ ਹੈਗਾ। ਹਾਂ ਬਿਸਕੁਟ ਤੇ ਉਹ ਬਚਾ ਤੇ ਟੌਫੀਆਂ ਨੇ ਟੌਫੀ ਤੇ ਬਚਾਤਾ ਸਾਰਾ ਕੁਝ ਹਾਜਮੁਲਾ ਵਾਲੀ ਨੇ। ਮੇਰੀ ਹਾ ਗਿਆ ਦੋ ਖਾ ਮੈਂ ਹੋਰ ਲਿਆਂਦੀਆਂ ਹੁਣ ਪੰਜ ਲੈ ਕੇ ਆਂਦੀ ਆ। ਹਾਂ ਮੈਂ ਸਵੇਰੇ ਕੱਲ ਪਲਸ ਨਹੀਂ ਲਿਆਂਦੀ ਦੂਜੀਆਂ ਹਾਜਮੁਲਾ ਵਾਲੀਆਂ ਲਿਆਂਦੀਆਂ। ਇਹਦੇ ਨਾਲ ਨੂੰ ਪਲਸ ਹੀ ਖਾ ਲਿਆ ਸਵੇਰੇ ਪਲਸ ਹੀ ਦੇ ਦੇ ਗਿਆ ਹੀ ਪਾ ਆਪਾਂ ਆ ਪਲਸ ਹੀ ਦੇਂਦੇ ਉਹ ਕਿੱਥੇ ਰੱਖਿਆ ਇਹ ਲਿਆਉਣੀਆਂ ਪੈਣੀਆਂ ਮੈਨੂੰ ਪਤਾ ਇਹਨਾਂ ਨੇ ਬਿਮਾਰ ਹੋ ਜਾਣਾ ਦਵਾਈਆਂ ਨਾਲ ਹੀ ਆਈਆਂ ਨੇ ਮੈਂ ਵੀ ਸੋਚਿਆ ਖਾਂਸੀ ਦੀ ਲੈ ਜਾਂਗੇ ਨਾਲ ਪੈਰਾਸੀਟਾਮੋਲ ਲੈ ਲਾਂਗੇ। ਲਿਆਂਦੀ ਨਾ ਖੰਗ ਦੀ ਹਾਂ ਖਾਂਸੀ ਦੀ ਲਿਆਂਦੀ ਤੇ ਸਿਟਰੋਜੀਨ ਲਿਆਂਦੀ ਆ। ਹਾਂ ਹੈਰੀ ਨੂੰ ਵੀ ਉਹ ਹੀ ਦੇ ਦਿੰਦੀ ਆ ਰਾਤ ਵੀ ਖੰਗਦੇ ਰਹੇ ਸਾਰੀ ਰਾਤ ਇਹਦਾ ਵੀ ਦਰਦ ਕਰਦਾ ਇਦਾਂ ਕਰਦਾ ਰਿਹਾ ਸਾਰੀ ਰਾਤ ਹੀ ਇਹ ਠੰਡਾ ਪਾਣੀ ਪੀਂਦਾ ਉਲਟੇ ਪੁਲਟੇ ਕੰਮ ਕਰਦਾ ਤਾਂ ਕਰਕੇ ਇਦਾਂ ਹੋਇਆ ਇਹ ਇਹ ਕਹਿੰਦੇ ਨਾ ਛੋਟਾ ਜਿਹਾ ਆਪਣਾ ਘਰ ਵਾ। ਹਾਂ ਇਹ ਨਹੀਂ ਦਿੰਦਿਆ ਉਹਨੇ ਸਮਾਨ ਰੱਖਿਆ ਏ ਇੱਥੇ ਵੀ ਪਿਆ ਏ ਗਏ ਪਿਆ ਏ ਆ ਵੇਖੋ ਇੱਧਰ ਆਪਾਂ ਸਮਾਨ ਰੱਖਤਾ ਵਾ ਬਸ ਇਦਾਂ ਹੀ ਖਲਾਰਾ ਪਾ ਕੇ ਰੱਖਤਾ ਵਾ ਕੋਈ ਉੱਤੇ ਪਈ ਚੀਜ਼ ਕੋਈ ਥੱਲੇ ਪਈ ਆ ਸਵੇਰੇ ਤਾਂ ਸਾਰਾ ਪੈਕ ਕਰ ਲੈਣਾ ਹੈ। ਹਾਂ ਕੱਪੜੇ ਘੱਟ ਲਿਆਂਦੇ ਆਪਾਂ ਕੱਪੜੇ ਨਹੀਂ ਲਿਆਂਦੇ ਚੰਗਾ ਘੱਟ ਹੀ ਤੇ ਚਲੋ ਹੈਰੀ ਭਾਜੀ ਆਲੂ ਭਾਈ ਸੌਂ ਹੈਰੀ ਚਲੋ ਸੌਂ ਜਾ ਕੇ।